ਤੁਸੀਂ ਮੰਗ ਪੱਤਰ ਅੱਜ ਦੇ ਕਿਉਂ ਕੀ ਏਜੰਡਾ ਸੀ ਕੀ ਮੰਗ ਪੱਤਰ 'ਚ ਲਿਖਿਆ ਕੀ ਹੋਇਆ ਸੀ ਦੇਖੋ ਜੀ ਇਹ ਪਿੰਡਾਂ ਦੇ ਵਿੱਚ ਜਦੋਂ ਜਿਹੜੀ ਇਹ ਪੰਜਾਬ ਦੀ ਸਰਕਾਰ ਜਦੋਂ ਲੋਕਾਂ ਨੇ ਦੂਜੀਆਂ ਰਵਾਇਤੀ ਪਾਰਟੀਆਂ ਨੂੰ ਪਾਸੇ ਕਰਕੇ ਇਹ ਕਹਿੰਦੇ ਸੀ ਸਾਨੂੰ ਇੱਕ ਮੌਕਾ ਦਿਓ ਅਸੀਂ ਲੋਕਾਂ ਨੂੰ ਜਿਹੜਾ ਲੋਕਾਂ ਦਾ ਬਹੁਤ ਅਸੀਂ ਲੋਕਾਂ ਨੂੰ ਖੁਸ਼ਹਾਲੀ ਲਿਆ ਦੇਣੀ ਆ ਲੋਕਾਂ ਨੂੰ ਬਹੁਤ ਸੌਖੇ ਕਰ ਦੇਣਾ ਆ ਅੱਜ ਉਸੇ ਸਰਕਾਰ ਨੇ ਜਿਹੜਾ ਐਕਟ ਪਾਸ ਕੀਤਾ ਸੀ ਕਿ ਜਿਹੜੇ ਸਰਕਾਰਾਂ ਦੇ ਵਿੱਚ ਬੈਠੇ ਲੋਕਾਂ ਨੇ ਠੱਗੀਆਂ ਮਾਰ ਕੇ ਮਿਲੀ ਭੁਗਤ ਕਰਕੇ ਅਧਿਕਾਰੀਆਂ ਦੇ ਨਾਲ ਜਿਹੜੀਆਂ ਜ਼ਮੀਨਾਂ ਸ਼ਾਮ ਨਾਲ ਜ਼ਮੀਨਾਂ ਸੀ ਜਾਂ ਮੁਸ਼ਤਰਕਾ ਮਾਲਕਣ ਸੀ ਜਾਂ ਕੋਈ ਜਿਹੜੀ ਆ ਪੰਜਾਬ ਸਰਕਾਰ ਦੀਆਂ ਜ਼ਮੀਨਾਂ ਸੀ ਪਿੰਡਾਂ ਦੀਆਂ ਸ਼ਾਮ ਨਾਲ ਜ਼ਮੀਨਾਂ ਸੀ ਉਹਨਾਂ ਨੂੰ ਜਿਹੜਾ ਦੁਰਵਰਤੋਂ ਕਰਕੇ ਵੇਚਿਆ ਹੈਗਾ ਉਹਨਾਂ ਨੂੰ ਅਸੀਂ ਧਨਾੜ ਚੌਧਰੀਆਂ ਦੇ ਕਬਜ਼ੇ ਥੱਲੋਂ ਛਡਾਉਣਾ ਹੈ ਪਰ ਹੋਇਆ ਕੀ ਅਮਲ ਦੇ ਵਿੱਚ ਕਿ ਉਹਨਾਂ ਨੂੰ ਛਡਾਉਣ ਦੀ ਬਜਾਏ ਇਸੇ ਸਰਕਾਰ ਇਹ ਜਿਹੜੀ ਕਹਿੰਦੀ ਸੀ ਮੈਂ ਲੋਕਾਂ ਦੀ ਸਰਕਾਰ ਆ ਮੈਂ ਲੋਕਾਂ ਦੇ ਹਿੱਤੂ 'ਚ ਕੰਮ ਕਰਨਾ ਲੋਕਾਂ ਦੇ ਹਿੱਤ ਬਣਾਉਣੇ ਆ ਲੋਕਾਂ ਲਈ ਖੁਸ਼ਹਾਲੀ ਦੇਣੀ ਆ ਅੱਜ ਉਸ ਸਰਕਾਰ ਨੇ ਉਹਦੀ ਜਿਹੜੀ ਆੜ ਹੇਠ ਜਿਹੜੇ ਪਿੰਡਾਂ ਦੇ ਵਿੱਚ ਬੈਠੇ ਮਜ਼ਦੂਰ ਕਿਸਾਨ ਜਿਹੜੇ ਲਗਭਗ ਜਿਹੜੇ 1947 ਦੀ ਵੰਡ ਤੋਂ ਬਾਅਦ ਜਿਨ੍ਹਾਂ ਨੇ ਬੂਝੇ ਪੱਟ ਕੇ ਜ਼ਮੀਨਾਂ ਨੂੰ ਆਬਾਦ ਕੀਤਾ ਜਿਹੜੇ ਆਬਾਦਕਾਰ ਆ ਉਹਨਾਂ ਨੂੰ ਆਬਾਦ ਉਹਨਾਂ ਨੂੰ ਮਾਲਕੀ ਦੇ ਹੱਕ ਦੇਣ ਦੀ ਬਜਾਏ ਉਹ ਅੱਜ ਆਪਣੀਆਂ ਪੰਚਾਇਤਾਂ ਬਣਾ ਕੇ ਉਹਨਾਂ ਜ਼ਮੀਨਾਂ 'ਚ ਬੈਠੇ ਆ ਔਰ ਉੱਥੇ ਸੜਕਾਂ ਬਣੀਆਂ ਪਈਆਂ ਗੁਰਦੁਆਰਾ ਸਾਹਿਬ ਬਣੇ ਪਏ ਸਕੂਲ ਬਣੇ ਪਏ ਆ ਸ਼ਮਸ਼ਾਨ ਘਾਟ ਬਣੇ ਪਏ ਆ ਔਰ ਲੋਕ ਵੱਸ ਰਹੇ ਆ ਅੱਜ ਉਹਨਾਂ ਨੂੰ ਮਾਲਕੀ ਦੇ ਹੱਕ ਦੇਣ ਦੀ ਬਜਾਏ ਉਹਨਾਂ ਨੂੰ ਜਿਹੜਾ ਆ ਉੱਥੋਂ ਵਾਰ ਵਾਰ ਨੋਟਿਸ ਭੇਜ ਕੇ ਡਰਾਇਆ ਧਮਕਾਇਆ ਜਾ ਰਿਹਾ ਕਿ ਤੁਹਾਡੇ ਜਿਹੜੇ ਘਰ ਖਾਲੀ ਕਰਾ ਦਾਂਗੇ ਜਿਹਨੂੰ ਕਿ ਹਰਗਜ਼ ਕਿਸਾਨ ਜਥੇਬੰਦੀਆਂ ਜਿਹੜੀਆਂ ਸੰਯੁਕਤ ਕਿਸਾਨ ਮੋਰਚੇ ਦੀਆਂ ਜਥੇਬੰਦੀਆਂ ਆ ਕਿਰਤੀ ਕਿਸਾਨ ਯੂਨੀਅਨ ਕੁੱਲ ਹਿੰਦ ਕਿਸਾਨ ਸਭਾ ਅਤੇ ਹੋਰ ਵੀ ਕਿਸਾਨ ਜਥੇਬੰਦੀਆਂ ਉਹਨੂੰ ਬਰਦਾਸ਼ਤ ਨਹੀਂ ਕਰਨਗੀਆਂ ਅੱਜ ਅਸੀਂ ਕਿਰਤੀ ਕਿਸਾਨ ਯੂਨੀਅਨ ਵੱਲੋਂ ਕੁੱਲ ਹਿੰਦ ਕਿਸਾਨ ਸਭਾ ਵੱਲੋਂ SDM ਨਕੋਦਰ ਨੂੰ ਮੁੱਖ ਮੰਤਰੀ ਪੰਜਾਬ ਦੇ ਨਾਂ ਇੱਕ ਮੰਗ ਪੱਤਰ ਦਿੱਤਾ ਆ ਕਿ ਇਹਨਾਂ ਜਿਹੜੇ ਮੁਜਾਰੇ ਕਿਸਾਨ ਆ ਜਿਹੜੇ ਜਿਨ੍ਹਾਂ ਨੇ ਆਬਾਦ ਕੀਤੀਆਂ ਜ਼ਮੀਨਾਂ ਆ ਉਹਨਾਂ ਨੂੰ ਮਾਲਕੀ ਦੇ ਹੱਕ ਦਿੱਤੇ ਜਾਣ ਉਹਨਾਂ ਨੂੰ ਉਜਾੜਿਆ ਨਾ ਜਾਵੇ ਜੇ ਤੁਸੀਂ ਇੱਦਾਂ ਦੀ ਕੋਈ ਹਰਕਤ ਕੀਤੀ ਤਾਂ ਅਸੀਂ ਕਿਸਾਨ ਜਥੇਬੰਦੀਆਂ ਵੱਲੋਂ ਉਹਨਾਂ ਦਾ ਵਿਰੋਧ ਕਰਾਂਗੇ ਔਰ ਪਿੰਡਾਂ ਦੇ ਵਿੱਚ ਬੈਠੇ ਲੋਕਾਂ ਦੇ ਜਿਹੜੇ ਨਾਲ ਖੜਾਂਗੇ ਔਰ ਕਿਸੇ ਨੂੰ ਜਿਹੜਾ ਇੱਦਾਂ ਦਾ ਜਿਹੜਾ ਕਾਰਵਾਈ ਨਹੀਂ ਕਰਨ ਦੇਵਾਂਗੇ ਜਿਹੜਾ ਇਹਨਾਂ ਨੂੰ ਉਜਾੜਿਆ ਨਾ ਜਾਵੇ ਮਜ਼ਦੂਰਾਂ ਨੇ ਬਿਲਕੁਲ ਜੀ ਐਦਲਬਾਗ ਚੰਡੀਗੜ੍ਹ ਸਾਡੇ ਨਾਲ ਹੈ ਸਰ ਤੁਸੀਂ ਅੱਜ ਫਿਰ ਮੰਗ ਪੱਤਰ ਦੇਣ ਆਏ ਸਰਕਾਰ ਕਹਿੰਦੇ ਕਿ 50 ਸਾਲਾਂ 'ਚ ਸਰਕਾਰ ਨਹੀਂ ਕੰਮ ਕਰ 70 ਸਾਲਾਂ 'ਚ ਅਸੀਂ ਉਹਨੇ ਕੰਮ ਨਹੀਂ ਕਰ ਸਕੇ ਜਿੰਨੇ ਅਸੀਂ 50 ਦਿਨਾਂ ਦੇ ਵਿੱਚ ਕੰਮ ਕਰਦੇ ਹਾਂ ਕਿਸ ਨਜ਼ਰ ਨਾਲ ਦੇਖਦੇ ਹੋ ਸਰ ਤੁਸੀਂ ਦੇਖਿਆ ਜਿਵੇਂ ਸਾਥੀ ਸੰਦੀਪ ਰੋੜਾ ਜੀ ਦੱਸ ਕੇ ਗਏ ਨੇ ਕਿ ਜਿਹੜੀ ਮਾਨ ਦੀ ਸਰਕਾਰ ਆ ਭਗਵੰਤ ਮਾਨ ਦੀ ਸਰਕਾਰ ਜਿਹੜੀ ਕਿ ਲੋਕਾਂ ਨੂੰ ਕਹਿੰਦੀ ਸੀ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਸਰਕਾਰ ਅੱਜ ਤੁਸੀਂ ਦੇਖ ਲਿਆ ਆਮ ਲੋਕਾਂ ਦੀ ਨਹੀਂ ਇਹ ਖਾਸ ਲੋਕਾਂ ਦੀ ਬਣ ਕੇ ਰਹਿ ਗਈ ਕਿਉਂਕਿ ਜੇ ਸਰਕਾਰ ਨੂੰ ਇਹਦੇ ਕੋਲ ਫੰਡਾਂ ਦੀ ਕਮੀ ਆ ਤੂੰ ਅੱਜ ਲੋਕਾਂ ਦੇ ਘਰਾਂ ਨੂੰ ਢਾਹ ਕੇ ਉਹਨਾਂ ਜ਼ਮੀਨਾਂ ਨੂੰ ਠੇਕੇ 'ਤੇ ਚਾੜਨ ਜਾ ਰਹੀ ਆ ਜਦਕਿ ਜਿਹੜੀਆਂ ਜ਼ਮੀਨਾਂ ਪੰਚਾਇਤੀ ਜ਼ਮੀਨਾਂ ਲੋਕਾਂ ਦੇ ਥੱਲੇ 100-100, 200-200 ਕਿੱਲਾ ਦੱਬਿਆ ਪਿਆ ਉਹਨਾਂ ਨੂੰ ਛਡਾਉਣ ਦੀ ਬਜਾਏ ਇੱਕ ਦਰਿਆ ਵਾਲੇ ਬਿੱਲੇ ਪਿੰਡ ਆ ਇੱਥੇ ਵਸਿਆ ਜਿਹਦੇ ਵਿੱਚ 16 ਕਿੱਲੇ ਰਕਬਾ 16 ਕਿੱਲਿਆਂ ਦੇ ਵਿੱਚ ਤਕਰੀਬਨ 35 ਦੇ ਕਰੀਬ ਘਰ ਜਿਹੜੇ ਉਹਦੇ ਵਿੱਚ ਵਸੇ ਆ 300-400 ਦੀ ਆਬਾਦੀ ਆ ਜਿਹਦੇ ਵਿੱਚ ਸ਼ਮਸ਼ਾਨ ਘਾਟ ਬਣਿਆ ਹੋਇਆ ਲੋਕਾਂ ਨੇ ਗੁਰਦੁਆਰਾ ਸਾਹਿਬ ਬਣਾਇਆ ਉੱਥੇ ਇੰਟਰਲੋਕ ਟਾਈਲਾਂ ਲੱਗੀਆਂ ਹੋਈਆਂ ਨੇ ਉਹ ਲੋਕਾਂ ਨੇ ਜਿਹੜੇ ਉੱਥੇ ਬੂਝੇ ਪੱਟ ਕੇ ਉਹ ਜ਼ਮੀਨ ਨੂੰ ਆਬਾਦ ਕੀਤਾ ਅੱਜ ਜਦੋਂ 40 ਸਾਲ ਬਾਅਦ ਉਹਨਾਂ ਲੋਕਾਂ ਨੂੰ ਉੱਥੋਂ ਬੇਘਰ ਕਰਨ ਦੀ ਕੋਸ਼ਿਸ਼ ਕਰ ਰਹੀ ਆ ਅਤੇ ਇਹ ਸਰਕਾਰ ਦੀਆਂ ਨੀਤੀਆਂ ਜਿਹੜੀਆਂ ਗਲਤ ਇਹਨਾਂ ਨੀਤੀਆਂ ਦੇ ਖਿਲਾਫ ਅਸੀਂ ਆਪਣੀ ਕੁੱਲ ਹਿੰਦ ਕਿਸਾਨ ਸਭਾ ਕਿਰਤੀ ਕਿਸਾਨ ਯੂਨੀਅਨ ਸੰਯੁਕਤ ਕਿਸਾਨ ਮੋਰਚੇ ਨਾਲ ਰਲ ਕੇ ਇਹਨਾਂ ਲੋਕਾਂ ਦਾ ਸਾਥ ਦੇਵਾਂਗੇ ਅਗਰ ਸਰਕਾਰ ਨਹੀਂ ਡਲੀ ਇਹ ਪ੍ਰਸ਼ਾਸਨ ਨਾ ਡਲਿਆ ਉਹਦੇ ਵਾਸਤੇ ਜੋ ਵੀ ਲੜਾਈ ਲੜਨੀ ਪਈ ਅਸੀਂ ਹਰ ਤਰ੍ਹਾਂ ਦੀ ਲੜਾਈ ਲੜਾਂਗੇ ਬਿਲਕੁਲ ਜੀ ਲੋਕਾਂ ਨੇ ਤਕਰੀਬਨ 92 ਸੀਟਾਂ ਦੇਖ ਕੇ ਆਮ ਆਦਮੀ ਪਾਰਟੀ ਨੂੰ ਸੱਤਾ ਦੇ ਵਿੱਚ ਲੈ ਕੇ ਆਏ ਸੀ ਪਰ ਉਸ ਤੋਂ ਬਾਅਦ ਹਾਲਾਤ ਕੀ ਬਦਲਿਆ ਜੋ ਗੱਲਬਾਤ ਤੁਹਾਡੇ ਸਾਹਮਣੇ ਸਾਰੀ ਗੱਲਬਾਤ ਹੋ ਰਹੀ ਹੈ ਉਸ ਤੋਂ ਅੱਗੇ ਜੋ ਮਜ਼ਦੂਰ ਯੂਨੀਅਨ ਦੇ ਵੀ ਥੱਲੇ ਜੋ ਬੈਠੇ ਸਾਰੇ ਮਜ਼ਦੂਰ ਬੈਠੇ ਆ ਹੋਰ ਵੀ ਆਪਾਂ ਗੱਲਬਾਤ ਕਰਾਂਗੇ ਹਾਂ ਸਰ ਲਗਾਤਾਰ ਨਕੋਦਰ ਸ਼ਹਿਰ ਕੇ ਕਿ ਅੱਜ ਫਿਰ ਧਰਨੇ ਧਰਤੀ ਬਣ ਚੁੱਕੀ ਹੈ ਤੁਸੀਂ ਵੀ ਅੱਜ ਮੰਗ ਪੱਤਰ ਦੇਣਾ ਕਿਸ ਨਜ਼ਰ ਨਾਲ ਦੇਖਦੇ ਹੋ ਸਾਰਾ ਪ੍ਰੋਗਰਾਮ ਦੇਖੋ ਜਿਉਂ ਦੀ ਇਹ ਸਰਕਾਰ ਬਣੀ ਆ ਉਹਨਾਂ ਨੇ ਇੱਕ ਗਰੰਟੀ ਦਿੱਤੀ ਸੀ ਹਰ ਇੱਕ ਨੂੰ ਰੋਜ਼ੀ ਰੋਟੀ ਦੇਣ ਦੇ ਲਈ ਉਸ ਤਹਿਤ ਉਹ ਕੋਈ ਵੀ ਇਹ ਜਿਹੜੀ ਸਰਕਾਰ ਆ ਕੋਈ ਕੰਮ ਨਹੀਂ ਕਰ ਰਹੀ ਮਰੇਗਾ ਵਾਲੇ ਵਿਚਾਰੇ ਜਿਹੜੇ ਮਜ਼ਦੂਰ ਆ ਅੱਜ ਉਹ ਆਣ ਕੇ ਬੈਠੇ ਆ ਜਿੱਦਾਂ ਦੀ ਮਾਨ ਸਰਕਾਰ ਬਣੀ ਆ ਇਹ ਗੱਲਾਂ ਨਾਲ ਤਾਂ ਢਿੱਡ ਭਰਨ ਡਏ ਆ ਲੇਕਿਨ ਹਕੀਕਤ ਦੇ ਵਿੱਚ ਜਿਹੜਾ ਉਹ ਢਿੱਡ ਨਹੀਂ ਭਰਿਆ ਜਾਂਦਾ ਉਹ ਤੁਹਾਡੇ ਸਾਹਮਣੇ ਸਾਰਾ ਕੁਝ ਜਿਹੜਾ ਆ ਮਨਰੇਗਾ ਜਿਹੜੇ ਮਜ਼ਦੂਰ ਆ ਉਸ ਹਕੀਕਤ ਜਿਹੜੀ ਬਿਆਨ ਕਰ ਰਹੀ ਹੈ ਬਿਲਕੁਲ ਜੀ ਕਹਿੰਦੇ ਕਿ ਗੱਲਾਂ ਦੇ ਨਾਲ ਢਿੱਡ ਨਹੀਂ ਭਰਦਾ ਜੇਕਰ ਰੋਟੀ ਪੇਟ ਦੇ ਵਿੱਚ ਪੈ ਗਈ ਤਾਂ ਢਿੱਡ ਭਰੇਗਾ ਕਿ ਇਹਨਾਂ ਮਜ਼ਦੂਰਾਂ ਦੀ ਜੋ ਕਿਸਾਨ ਆਇਆ ਇੱਥੇ ਆਏ ਆ ਇਹਨਾਂ ਨੇ ਮੰਗ ਪੱਤਰ ਦਿੱਤੇ ਆ ਕਿਉਂਕਿ ਮੰਗ ਪੱਤਰ ਪਹਿਲਾਂ ਵੀ ਕਈ ਵਾਰ ਦਿੱਤੇ ਜਾ ਚੁੱਕੇ ਕਿ ਇਹਨਾਂ ਦੀ ਸੁਣਵਾਈ ਹੁੰਦੀ ਹੈ ਕਿ ਮਾਨ ਸਰਕਾਰ 'ਤੇ ਕੋਈ ਅਸਰ ਹੁੰਦਾ ਜੋ ਸਰਕਾਰ ਕਹਿੰਦੀ ਸੀ ਕਿ ਰੋਜ਼ਗਾਰ ਦੇਵਾਂਗੇ ਨਸ਼ਾ ਖਤਮ ਕਰਾਂਗੇ ਤੁਸੀਂ ਲਗਾਤਾਰ ਵੀਡੀਓ ਦੇਖਦੇ ਹੋ ਕਿਤੇ ਨਸ਼ੇ ਦਾ ਮੁੱਦਾ ਆਉਂਦਾ ਔਰ ਕਿਤੇ ਲੋਕ ਜੋ ਬੇਰੋਜ਼ਗਾਰ ਹੋ ਰਿਹਾ ਔਰ ਕਿਤੇ ਤੁਸੀਂ ਦੇਖ ਸਕਦੇ ਕਿ ਰੋਟੀ ਲਈ ਜੰਗ ਹੱਥਾਂ ਦੇ ਵਿੱਚ ਬੋਰਡ ਫੜ ਕੇ ਧਰਨੇ ਦੇਣ ਦੇ ਲਈ ਲੋਕ ਮਜ਼ਦੂਰ ਲਗਾਤਾਰ ਮਜਬੂਰ ਹੈ ਕੈਮਰਾਮੈਨ ਮਨਜੀਤ ਦਿਨ ਹਰਦੀਪ NNR ਨਿਊਜ਼ ਨਕੋਦਰ